ਸਿੰਘਾਂ ਨਾਲ ਪਿੱਛੇ ਕਾਫੀ ਟਾਈਮ ਕੰਟਰੋਵਰਸੀ ਰਹੀ, ਥੋੜ੍ਹਾ ਜਿਹਾ ਉਹਦੇ ਬਾਰੇ ਐਕਸਪਲੇਨ ਕਰੋ ਕਿ ਕਾਰਨ ਕੀ ਸੀ। ਕੁਛ ਨਹੀਂ ਜੀ, ਕੋਈ ਕਾਰਨ ਨਹੀਂ ਹੈਗਾ, ਕੋਈ ਖਾਸ ਗੱਲ ਨਹੀਂ ਹੈ, ਕੋਈ ਉਹਨੇ ਮੈਨੂੰ ਮਾੜੀ ਚੰਗੀ ਨਹੀਂ ਕਹੀ। ਉਹ ਚਲੋ ਉਹਨੇ ਕੁਛ ਕਹਿਤਾ ਸੀਗਾ, ਮੈਂ ਮੂਹਰੋਂ ਜਵਾਬ ਦਿੱਤਾ, ਖਾਧੀ ਗੜੀ ਮੁੱਕੀ ਗੱਲ, ਸਵਾਹ ਪਾਓ। ਹੁਣ ਹੁਣ ਰਿਐਲਿਟੀ ਕੀ ਹੈ? ਰਿਐਲਿਟੀ ਵਧੀਆ ਜੀ ਆਪਣੇ ਨਾਲ ਸੀ, ਬਾਈ ਦਾ ਫੋਨ ਆਇਆ ਕਿ ਚਲੋ ਜੋ ਹੋ ਗਿਆ। ਮੈਂ ਚਲੋ ਬਾਈ ਮੇਰੀ ਵੀ, ਮੈਂ ਤਦ ਤਦੋਂ ਉਦੋਂ ਰਿਸਪੋਂਡ ਕਰਿਆ ਸੀਗਾ ਜਦੋਂ ਤੁਸੀਂ ਕੁਛ ਕਿਹਾ ਸੀਗਾ। ਉਹ ਬਾਈ ਕਹਿੰਦਾ ਐਂ ਨਹੀਂ ਕਿ ਮੈਂ ਤੇਰੇ ਮੂਹਰੇ ਕਹਿ ਰਿਹਾ, ਕਿ ਮੈਂ ਜਿਹਨੂੰ ਵੀ ਮਿਲਦਾ ਗਿਲਦਾ ਆਪਾਂ ਕਹੀਦਾ ਕਿ ਹਾਂ ਚਲੋ ਮੈਂ ਉਦੋਂ ਕੁਛ ਨਹੀਂ ਸੀਗਾ, ਨਹੀਂ ਪਤਾ ਸੀ। ਸੋਕੇ ਹੋ ਗਿਆ ਜੀ, ਹਵਾ ਗਿਆ, ਹੁਣ ਮੇਰੇ ਨਾਲ ਵਧੀਆ ਜੀ, ਇਕੱਲੇ ਫੋਨ 'ਤੇ ਗੱਲ ਹੋਈ ਆ, ਵਧੀਆ ਐਨ ਓਕੇ ਆ ਜੀ। ਉਹ ਮੁੰਡਾ ਵੈਸਟਰਨ ਪੇਂਡੂ ਆ, ਜਿਹੜੇ ਮਿਊਜ਼ਿਕ ਕਰਦੇ ਆ, ਉਹਨਾਂ ਨੇ ਗੱਲ ਕਰਾਈ ਸੀ ਕਿ ਬਾਈ ਉਹ ਬੰਦਾ ਮਿਲਿਆ ਸਾਨੂੰ, ਮਿਲਦਾ ਰਹਿੰਦਾ, ਸਾਡੇ ਕੋਲ ਆਉਂਦਾ ਰਹਿੰਦਾ, ਕਿ ਉਹਦੇ ਮਨ 'ਚ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਕਿਹਾ ਯਾਰ ਮਨ 'ਚ ਤਾਂ ਮੇਰੇ ਵੀ ਹੈ ਨਹੀਂ ਕੋਈ ਗੱਲ, ਕਿ ਹੁਣ ਲੋਕ ਪੁੱਛਦੇ ਸਵਾਲ ਜਵਾਬ ਤਾਂ ਦੇਣੇ ਹੀ, ਭਾਈ ਤੂੰ ਕਿਉਂ ਕਿਹਾ ਸੀਗਾ, ਕਾਹਤੇ ਕਿਹਾ ਸੀਗਾ। ਸੋ ਉਹੀ ਰੀਜ਼ਨ ਸੀਗੇ ਜੀ, ਉਹ ਕੋਈ ਅੱਜ ਦੀ ਡੇਟ 'ਚ ਕੁਛ ਵੀ ਨਹੀਂ।